ਕਾਲ ਜੀ ਬਹੁਤ ਬਹੁਤ ਆਦਰ ਔਰ ਸਤਿਕਾਰ ਤੁਹਾਡਾ ਸਾਰਿਆਂ ਦਾ ਟਿਕਰੀ ਬਾਰਡਰ ਤੇ ਆ ਸਾਰੇ ਭਰਾ ਖੜੇ ਆ ਤਾਂ ਇੱਥੇ ਨਾ ਆ ਬਾਈ ਦੇਖੀ ਮੱਝ ਲਿਆ ਬਾਈ ਸਾਡਾ ਮਾਨੂ ਕੇ ਸੰਧੂ ਆ ਮਾਨੂ ਕੇ ਸੰਧੂ ਬਹੁਤ ਲੋਕ ਆਉਂਦੇ ਆ ਦੇਖਣ ਵਾਸਤੇ ਕੋਈ ਨਵੀਂ ਚੀਜ਼ ਨਹੀਂ ਹੈ ਸਾਡੇ ਸਾਰਿਆਂ ਦੇ ਘਰਾਂ 'ਚ ਜਿਹੜੇ ਪਰਿਵਾਰ ਜਾਣੀ ਪੰਜਾਬੋਂ ਆਏ ਭਾਵੇਂ ਹਰਿਆਣੇ ਆਏ ਆ ਸਾਰੇ ਦੁੱਧਾਂ ਪੁੱਤਾਂ ਵਾਲੇ ਆ ਤਾਂ ਘਰੇ ਡੰਗਰ ਵੱਛਾ ਸਭ ਦੇ ਆ ਪਰ ਇੱਥੇ ਲਿਆਉਣਾ ਸਾਰਿਆਂ ਨੂੰ ਹੈਰਾਨ ਕਰ ਰਿਹਾ ਲੋਕ ਆਉਂਦੇ ਆ ਦੇਖਣ ਵਾਸਤੇ ਮੈਨੂੰ ਵੀ ਰਾਤ ਪਤਾ ਲੱਗਿਆ ਵੀ ਐਂ ਕਰਕੇ ਬਾਈ ਹੁਣੀ ਮੱਝ ਲਏ ਤਾਂ ਮੈਂ ਵੀ ਪਹਿਲੀ ਵਾਰ ਤਾਂ ਹੱਸਿਆ ਮੈਂ ਹਾਂ ਯਾਰ ਪਤੰਦਰ ਖਰਾਬ ਨੇ ਬੰਦੇ ਵੀ ਮੁੜਦੇ ਨਹੀਂ ਹੋਣਾ ਪਰ ਇਹ ਇੱਕ ਬਹੁਤ ਵੱਡਾ ਸਾਈਨ ਹੈ ਇਹ ਵੀਡੀਓ ਬਣਾਉਣ ਦਾ ਕਾਰਨ ਜਾਂ ਪੇਜ ਤੇ ਪਾਉਣ ਦਾ ਕਾਰਨ ਇਹ ਹੈ ਕਿ ਜਿਹੜੇ ਲੋਕ ਭਾਵੇਂ ਘਰਾਂ 'ਚ ਬੈਠੇ ਉਹਨਾਂ ਦੇ ਹੋਰ ਪਰਿਵਾਰ ਆਏ ਵੇ ਆ ਜਾਂ ਜਿਹੜੇ ਬਾਹਰਲੇ ਮੁਲਕਾਂ 'ਚ ਭਰਾ ਬੈਠੇ ਆ ਕਈ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਪੈ ਜਾਂਦੇ ਆ ਵੀ ਹੁਣ ਹਾੜੀਆਂ ਦਾ ਟਾਈਮ ਆ ਗਿਆ ਜਾਂ ਹੋਰ ਲੋਕ ਕੋਈ ਪਿੱਛੇ ਜੇ ਖਬਰਾਂ ਚੱਲੀਆਂ ਸੀ ਵੀ ਲੋਕ ਵਾਪਸ ਜਾਣ ਲੱਗ ਗਏ ਇਦਾਂ ਦਾ ਕੋਈ ਮਸਲਾ ਹੀ ਨਹੀਂ ਬਾਬਿਓ ਆ ਸਾਹਮਣੇ ਹੈ ਇਹ ਇੱਕ ਬਹੁਤ ਵੱਡਾ ਸੁਨੇਹਾ ਹੈ ਕਿ ਇਹ ਲੋਕ ਹੁਣ ਮੰਨ ਲਓ ਜਿਵੇਂ ਕਹਿੰਦੇ ਸੀ ਨਾ ਪਹਿਲਾਂ ਗੀਤ 'ਚ ਵੀ ਮੈਂ ਗਾਇਆ ਸੀ ਕਿ ਇੱਥੇ ਸਾਰੀਆਂ ਸਹੂਲਤਾਂ ਮੌਜੂਦ ਹੋ ਗਈਆਂ ਇੱਟਾਂ ਬੱਜਰੀ ਤੇ ਸਰੀਆ ਸਿਮੈਂਟ ਰਹਿ ਗਿਆ ਅਸੀਂ ਬਾਰਡਰਾਂ ਤੇ ਛੱਤ ਲੈਣੇ ਘਰ ਦੇ ਲਈਏ ਤੇ ਤੂੰ ਫਿਰ ਆਖੇਗੀ ਪੰਜਾਬ ਤਾਂ ਸਟੈਂਡ ਲੈ ਗਿਆ ਮਤਲਬ ਹੁਣ ਆ ਸਟੈਂਡ ਲੈਣ ਵਾਲੀਆਂ ਗੱਲਾਂ ਹੀ ਹੈ ਗੱਲ ਸਮਝੀਏ ਕੁਛ ਵੀ ਨਹੀਂ ਤਾਂ ਜੇ ਸਮਝੀਏ ਤਾਂ ਬਹੁਤ ਵੱਡੀ ਗੱਲ ਹੈ ਕਿ ਜਿੱਦਾਂ ਇਹ ਲੋਕ ਆਪਦੇ ਇਰਾਦੇ ਬਣਾਈ ਬੈਠੇ ਆ ਪਰਪੱਕ ਇਰਾਦੇ ਕਿ ਬਿੱਲ ਰੱਦ ਕਰਾ ਕੇ ਜਾਣੇ ਆ ਸੋ ਇੱਕ ਐਗਜ਼ਾਮਪਲ ਹੈ ਤਾਂ ਇਹ ਬਹੁਤ ਹੌਸਲਾ ਦੇਣੀ ਇਹੋ ਜਿਹੀਆਂ ਚੀਜ਼ਾਂ ਜੋ ਦੇਖਦੇ ਇੱਥੇ ਹੁਣ ਟਿੱਕਰੀ ਬਾਰਡਰ ਤੇ ਆ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਦੇਖ ਸਕਦੇ ਹੋ ਉੱਥੇ ਬਾਂਸਾਂ ਦੇ ਘਰ ਬਣੀ ਜਾਂਦੇ ਆ ਛੱਪਰੀਆਂ ਬਣੀ ਜਾਂਦੀਆਂ ਆ ਪਿੱਛੇ ਨੂੰ ਹੁਣ ਦੇਖ ਲਓ ਏਰੀਆ ਹੋਰ ਵਿਸ਼ਾਲ ਹੋਈ ਜਾਂਦਾ ਸੋ ਸਭ ਚੜ੍ਹਦੀ ਕਲਾ 'ਚ ਹੈ ਕੁਛ ਵੀ ਡੋਲਣ ਵਾਲੀ ਗੱਲ ਨਹੀਂ ਹੈ ਮਾਰਚ ਅਪ੍ਰੈਲ ਹੈ ਪੂਰਾ ਜਚਾ ਕੇ ਲਾਵਾਂਗੇ ਠੀਕ ਹੈ ਵਾਢੀਆਂ ਵਾਲੇ ਭਰਾ ਆਪਦੀ ਵਾਢੀ ਵੀ ਕਰਨ ਕਣਕਾਂ ਵੀ ਆਪਦੀਆਂ ਫਸਲਾਂ ਨੇ 6 ਮਹੀਨਿਆਂ ਦੀ ਕਮਾਈ ਹੈ ਉਹ ਵੀ ਆਪਦੀ ਲੇਖੇ ਲਾ ਕੇ ਆਉਣ ਆਪਦੇ ਹਿਸਾਬ ਕਿਤਾਬ ਕਰਕੇ ਆਉਣ ਪਰ ਇੱਥੇ ਗਿਣਤੀ ਇਦਾਂ ਹੀ ਭਰਪੂਰ ਮਾਤਰਾ 'ਚ ਰਹੂਗੀ ਸੋ ਇਹੋ ਜਿਹੇ ਦ੍ਰਿਸ਼ ਦੇਖਦੇ ਰਹਿਣਗੇ ਇੱਥੇ ਦੁੱਧ ਪੀਆ ਕਰਾਂਗੇ ਅੱਗੇ ਬਾਈਆਂ ਕੋਲ ਸੋ ਚੜ੍ਹਦੀ ਕਲਾ ਬਿਲਕੁਲ ਹੀ ਡੋਲਣ ਦੀ ਲੋੜ ਨਹੀਂ ਦਿਨ ਨੇੜੇ ਆ ਜਦੋਂ ਇਹ ਖਬਰਾਂ ਜਾਣੀਆਂ ਗੁੰਗੂ ਫੈਲਣਗੀਆਂ ਕਿ ਭਾਈ ਕਿ ਸਰਕਾਰ ਨੇ ਬਿੱਲ ਰੱਦ ਕਰਤੇ ਤੇ ਅਸੀਂ ਜਿੱਤ ਕੇ ਵਾਪਸ ਕਰਨ ਨੂੰ ਆਵਾਂਗੇ ਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿ ਸ੍ਰੀ ਅਕਾਲ।